ਗੁੱਡ ਮਾਰਨਿੰਗ ਸਟੂਡੈਂਟਸ ਵੈਲਕਮ ਟੂ ਪੰਜਾਬੀ ਕਲਾਸ ਆਫ ਪਲੱਸ 1 ਡੀਅਰ ਸਟੂਡੈਂਟਸ ਅਸੀਂ ਪਹਿਲੀਆਂ ਦੋ ਵੀਡੀਓਜ਼ ਵਿੱਚ ਨਾਵਲ ਮੜੀ ਦਾ ਦੀਵਾ ਦੇ ਕਾਂਠ ਦੋ ਦੇ ਸਫਾ 12 ਤੋਂ 15 ਤੱਕ ਰੀਡਿੰਗ ਕਰ ਚੁੱਕੇ ਹਾਂ ਅੱਜ ਅਸੀਂ ਸਫਾ 16 17 ਅਤੇ 18 ਦੀ ਰੀਡਿੰਗ ਕਰਦੇ ਹੋਏ ਕਾਂਠ ਦੋ ਨੂੰ ਸਮਾਪਤ ਕਰਾਂਗੇ ਪਰ ਬੱਚਿਓ ਰੀਡਿੰਗ ਕੰਟੀਨਿਊ ਕਰਨ ਤੋਂ ਪਹਿਲਾਂ ਅਸੀਂ ਆਪਣੇ ਪਿਛਲੇ ਕੰਮ ਨੂੰ ਦੁਹਰਾ ਲਈਏ ਅਸੀਂ ਸਫਾ 12 ਤੋਂ 15 ਤੱਕ ਪੜ ਚੁੱਕੀ ਹਾਂ ਕੀ ਕਾਂਡ ਦੋ ਦੇ ਆਰੰਭ ਵਿੱਚ ਜਗਸੀਰ ਕੁੱਕੜ ਦੀ ਪਹਿਲੀ ਬਾਗ ਨਾਲ ਉੱਠ ਜਾਂਦਾ ਹੈ ਤੇ ਚਾਹ ਪੀ ਕੇ ਧਰਮ ਸਿੰਘ ਦੇ ਘਰ ਬਲਦ ਲੈਣ ਲਈ ਚਲਾ ਜਾਂਦਾ ਹੈ ਉਹ ਬਲਦ ਲੈ ਕੇ ਖੇਤ ਵੱਲ ਨੂੰ ਜਾਂਦਿਆਂ ਧਰਮ ਸਿੰਘ ਦੇ ਧਰਮੀ ਸੁਭਾਅ ਤੇ ਦੂਜੇ ਪਾਸੇ ਉਸ ਦੇ ਵੱਡੇ ਮੁੰਡੇ ਪੰਤੇ ਦੇ ਖਰਵੇ ਸੁਭਾਅ ਦੀ ਤੁਲਨਾ ਕਰਦਿਆਂ ਆਪਣੇ ਖੇਤ ਦੇ ਨੇੜੇ ਅੱਪੜ ਜਾਂਦਾ ਹੈ ਜਿੱਥੇ ਆਪਣੀ ਰੱਪੜ ਹੋਈ ਪੈਲੀ ਵੇਖ ਕੇ ਉਸ ਦਾ ਤਰਾ ਨਿਕਲ ਜਾਂਦਾ ਹੈ ਫਿਰ ਉਹ ਆਪਣੇ ਪਿਓ ਠੋਲੇ ਤੇ ਧਰਮ ਸਿੰਘ ਦੇ ਪਿਓ ਵਿਚਲੇ ਗੂੜੇ ਸਬੰਧ ਨੂੰ ਯਾਦ ਕਰਦਾ ਹੈ ਕਿ ਕਿਸ ਤਰ੍ਹਾਂ ਧਰਮ ਸਿੰਘ ਦੇ ਪਿਓ ਨੇ ਠੋਲੇ ਨੂੰ ਆਪਣਾ ਸਿਰ ਹੀ ਨਹੀਂ ਬਲਕਿ ਧਰਮ ਦਾ ਭਰਾ ਬਣਾ ਕੇ ਰੱਖਿਆ ਸੀ ਤੇ ਉਸ ਦੀ ਜਾਨ ਹੂਲ ਕੇ ਕੀਤੀ ਕਮਾਈ ਦੇ ਬਦਲੇ ਉਸ ਨੂੰ ਉਸ ਦੇ ਬਣਦੇ ਸਿਰ ਤੋਂ ਇਲਾਵਾ ਇਹ 4 ਵਿਗੇ ਜ਼ਮੀਨ ਵੀ ਦਿੱਤੀ ਸੀ ਇੱਥੇ ਹੀ ਬਸ ਨਹੀਂ ਫਿਰ ਉਹ ਇਹ ਵੀ ਯਾਦ ਕਰਦਾ ਹੈ ਕਿ ਕਿਸ ਤਰ੍ਹਾਂ ਧਰਮ ਸਿੰਘ ਦਾ ਪਿਓ ਠੋਲੇ ਦੀ ਬਾਹ ਧਰਮ ਸਿੰਘ ਨੂੰ ਫੜਾ ਗਿਆ ਸੀ ਤੇ ਫਿਰ ਠੋਲੇ ਨੇ ਮਰਨ ਲੱਗਿਆ ਜਗਸੀਰ ਦੀ ਬਾਹ ਧਰਮ ਸਿੰਘ ਨੂੰ ਫੜਾ ਦਿੱਤੀ ਸੀ ਇਸ ਤਰ੍ਹਾਂ ਧਰਮ ਸਿੰਘ ਨੇ ਵੀ ਲਗਦੀ ਵਾਹ ਜਗਸੀਰ ਨੂੰ ਕਦੀ ਪਿੱਠ ਨਹੀਂ ਦਿੱਤੀ ਸੀ ਪਰ ਧਰਮ ਸਿੰਘ ਦਾ ਵੱਡਾ ਮੁੰਡਾ ਪੰਤਾ ਇਸ 4 ਵਿਗੇ ਜ਼ਮੀਨ ਤੇ ਇਸ ਜ਼ਮੀਨ ਵਿੱਚ ਟਾਲੀ ਹੀਟ ਬਣੀ ਠੋਲੇ ਦੀ ਮੜੀ ਪਿੱਛੇ ਕਈ ਵਾਰ ਧਰਮ ਸਿੰਘ ਨਾਲ ਖੇੜ ਚੁੱਕਾ ਸੀ ਇਸ ਤੋਂ ਬਾਅਦ ਜਗਸੀਰ ਟਾਲੀ ਹੀਟ ਬਣੀ ਆਪਣੇ ਪਿਓ ਠੋਲੇ ਦੀ ਮੜੀ ਨੂੰ ਮੱਥਾ ਟੇਕਦਾ ਹੈ ਤੇ ਉਸਦੇ ਆਖਰੀ ਬੋਲ ਯਾਦ ਕਰਦਾ ਹੈ ਫਿਰ ਉਹ ਕੁਵੇਲੇ ਦਾ ਖਿਆਲ ਕਰਕੇ ਹਲ ਵਾਉਣ ਲੱਗ ਪੈਂਦਾ ਹੈ ਤਾਂ ਉਸ ਨੂੰ ਇਸ ਖੇਤ ਵਿੱਚੋਂ ਠੋਲੇ ਦੇ ਮੁੜਕੇ ਦੀ ਹੌਂਕ ਆਉਂਦੀ ਹੋਈ ਮਹਿਸੂਸ ਹੁੰਦੀ ਹੈ ਤੇ ਉਸ ਨੂੰ ਯਾਦ ਆਉਂਦਾ ਹੈ ਕਿ ਕਿਸ ਤਰ੍ਹਾਂ ਠੋਲੇ ਨੇ ਇਸ ਖੇਤ ਦਾ ਇੱਕ ਵੀ ਦਾਣਾ ਕਦੇ ਮੰਡੀ ਨਹੀਂ ਵੇਚਿਆ ਸੀ ਤੇ ਜਗਸੀਰ ਨੇ ਵੀ ਪਿਓ ਦੀ ਇਹ ਰੀਤ ਹੋਂ ਤੱਕ ਟੁੱਟਣ ਨਹੀਂ ਦਿੱਤੀ ਸੀ ਡੀਅਰ ਸਟੂਡੈਂਟਸ ਨਾਓ ਵੀ ਵਿਲ ਸਟਾਰਟ ਦਾ ਰੀਡਿੰਗ ਆਫ ਪੇਜ ਨੰਬਰ 16 17 ਐਂਡ 18 ਪਰ ਸਭ ਤੋਂ ਪਹਿਲਾਂ ਅਸੀਂ ਸਫਾ 16 ਦੇ ਡਿਫਿਕਲਟ ਵਰਡ ਮੀਨਿੰਗਸ ਨੂੰ ਡਿਸਕਸ ਕਰਾਂਗੇ ਹਾਂਜੀ ਫਰਸਟ ਵਰਡ ਹੈ ਹੀਕ ਹੀਕ ਦਾ ਅਰਥ ਹੈ ਉੱਚੀ ਆਵਾਜ਼ ਕੂਲੇ ਕੂਲੇ ਤੋਂ ਭਾਵ ਹੈ ਨਰਮ ਮੂਕੇ ਦੇ ਲੜ ਮੁਕੇ ਤੋਂ ਭਾਵੇਂ ਸਾਫਾ ਜਾਂ ਪਰਣਾ ਨੈਕਸਟ ਵਰਡ ਹੈ ਮੋੜ ਥਾਪੀ ਦਿੱਤੀ ਥਾਪੀ ਦੇਣਾ ਹੱਲਾਸ਼ੇਰੀ ਦੇਣਾ ਟਿੱਕੀ ਚੜਦੀ ਨੂੰ ਟਿੱਕੀ ਚੜਦੀ ਨੂੰ ਭਾਵ ਸੂਰਜ ਚੜਦੇ ਨੂੰ ਨਬੇੜ ਦੇਣਾ ਨਬੇੜ ਦੇਣਾ ਤੋਂ ਭਾਵੇਂ ਖਤਮ ਕਰ ਦੇਣਾ ਹੈ ਨੈਕਸਟ ਵਰਡ ਹੈ ਲਿੰਦੇ ਵੱਲ ਲਿੰਦੇ ਤੋਂ ਭਾਵੇਂ ਪੱਛਮ ਵੱਲ ਦੀ ਦਿਸ਼ਾ ਅਗਲਾ ਵਰਡ ਹੈ ਪਲੂਸਣ ਪਲੂਸਣ ਤੋਂ ਭਾਵੇਂ ਹੱਥਾਂ ਨਾਲ ਪਲੂਸੀਆ ਨੈਕਸਟ ਹੈ ਭੋਂ ਗਈ ਭੋਂ ਗਈ ਤੋਂ ਭਾਵ ਹੈ ਮੁੜ ਗਈ ਨੈਕਸਟ ਵਰਡ ਵਾਹੋ ਦਾਹੀ ਕਾਲੀ ਕਾਲੀ ਵਗੀ ਆਉਂਦੀ ਸੀ ਤੁਰੀ ਆਉਂਦੀ ਸੀ ਤਾ ਤਾ ਤੋਂ ਭਾਵ ਇਥੇ ਪਖਾ ਵੀ ਆ ਸਕਦਾ ਹੈ ਤੇਜ਼ੀ ਵੀ ਆ ਸਕਦਾ ਹੈ ਨੈਕਸਟ ਵਰਡ ਹੈ ਹਾਵ ਭਾਵ ਹਾਵ ਭਾਵ ਤੋਂ ਭਾਵ ਹੈ ਚਿਹਰੇ ਦੇ ਹਾਵ ਭਾਵ ਪਾਵਨਾਵਾਂ ਚੁਰੜਾਆਂ ਬੁੱਲਾਂ ਉੱਤੇ ਚੁਰੜੀਆਂ ਨਾਲ ਭਰੇ ਹੋਏ ਬੁੱਲਾਂ ਉੱਤੇ ਸਿਉ ਨੇ ਸਿਉ ਨੇ ਤਾਂ ਭਾਵੇਂ ਸੋਨਾ ਨੈਕਸਟ ਵਰਡ ਹੈ ਮੂਰਤ ਤਸਵੀਰ ਬਹੜ ਬਹੜ ਤੋਂ ਭਾਵ ਵਾਪਸ ਆ ਜਾਂ ਪਹੁੰਚ ਅੱਪੜ ਆਪ ਮੁਹਾਰੇ ਆਪ ਮੁਹਾਰੇ ਆਪਣੇ ਆਪ ਹੀ ਅੱਪੜ ਦੀ ਪਹੁੰਚ ਦੀ ਮੱਲੋ ਜ਼ੋਰੀ ਬਦੋ ਬਦੀ ਜਬਰਦਸਤੀ ਨੈਕਸਟ ਹੈ ਕੁੱਜਾ ਕੁੱਜਾ ਮਿੱਟੀ ਦਾ ਇੱਕ ਪਾਂਡਾ ਪੀੜ ਵਿੰਨਿਆ ਦਰਦ ਨਾਲ ਭਰਿਆ ਹੋਇਆ ਨਿਢਾਲ ਹੋ ਕੇ ਬੇਸੁਦ ਹੋ ਕੇ ਜਾਂ ਸਰੀਰ ਦਾ ਬਿਲਕੁਲ ਨਿਰਜਿੰਦ ਨਿਰਜਾਨ ਬੇਜਾਨ ਹੋ ਜਾਣਾ ਨੈਕਸਟ ਕੋਤਕ ਚਮਤਕਾਰ ਕਰਾਮਾਤ ਦੁਸਕਣ ਦੁਸਕਣ ਤੋਂ ਪਾਵ ਹੈ ਫਿਸ ਪੈਣਾ ਰੂਣਾ Now we will start the reading of page number 16. ਜੋ ਉਹਨੂੰ ਕਿਸੇ ਹਾਲੀ ਦੀ ਖੇਕ ਨਹੀਂ ਸੀ ਸੁਣੀ। ਇਸ ਦਾ ਅਰਥ ਇਹ ਹੈ ਕਿ ਅਜੇ ਤੱਕ ਜੋ ਜਗਸੀਰ ਸੀ ਉਹ ਇਕੱਲਾ ਹੀ ਖੇਤਾਂ ਵਿੱਚ ਹਲ ਵਾ ਰਿਆ ਸੀ ਤੇ ਕਿਸੇ ਹੋਰ ਖੇਤ ਵਿੱਚ ਕੋਈ ਹੋਰ ਹਾਲੀ ਨਹੀਂ ਪਹੁੰਚਿਆ ਸੀ। ਉਸ ਬਲਦ ਖੜਾ ਲੈ ਉਹਨਾਂ ਦੇ ਕੂਲੇ ਪਿੰਡਿਆਂ ਉੱਤੇ ਹੱਥ ਫੇਰਿਆ ਤੇ ਫਿਰ ਟਹਲੀ ਦੇ ਇੱਕ ਢਾਣੇ ਨਾਲੋਂ ਮੂਕੇ ਦੇ ਲਾੜ ਬੰਨਿਆ ਗੁੜ ਖੋਲ ਲਿਆ। ਇੱਕ-ਇੱਕ ਰੂੜੀ ਉਸ ਦੋਹਾ ਬਲਦਾਂ ਨੂੰ ਚਾਰ ਦਿੱਤੀ ਤੇ ਕਿੰਨਾ ਚਿਰ ਹੱਥ ਚਟਾਉਂਦਾ ਰਿਹਾ ਬਲਦਾਂ ਨੂੰ ਹੱਥ ਚਟਾਉਂਦਿਆਂ ਉਹਨੂੰ ਮਹਿਸੂਸ ਹੁੰਦਾ ਹੈ ਜਿਵੇਂ ਉਹਦਾ ਅੰਦਰ ਨਿੱਗਾ-ਨਿੱਗਾ ਹੋ ਜਾਂਦਾ ਫੇਰ ਉਸ ਦੋਹਾ ਨੂੰ ਮੁੜ ਥਾਪੀ ਦਿੱਤੀ ਤੇ ਹਥੀਲੀ ਫੜ ਕੇ ਹੱਲਾ ਸ਼ੇਰੀ ਨਾਲ ਬੋਲਿਆ ਚਲੋ ਮੇਰੇ ਸ਼ੇਰ ਟਿੱਕੀ ਚੜਦੀ ਨੂੰ ਆਪਾਂ ਅੱਧਿਓ ਬਹੁਤਾ ਨਿਭੇੜ ਦੇਣਾ ਹਾਂਜੀ ਇਸ ਪੈਰੇ ਤੋਂ ਸਾਨੂੰ ਇਹ ਸਪਸ਼ਟ ਹੁੰਦਾ ਹੈ ਕਿ ਜੋ ਜਕਸੀਰ ਸੀ ਉਹ ਸਭ ਤੋਂ ਤੜਕੇ ਕਾਫੀ ਹਨੇਰੇ ਪਹਿਲਾਂ ਹੀ ਖੇਤਾਂ ਵਿੱਚ ਪਹੁੰਚ ਚੁੱਕਾ ਸੀ ਤੇ ਅਜੇ ਕੋਈ ਹੋਰ ਹਾਲੀ ਖੇਤ ਵਿੱਚ ਆਲੇ-ਦੁਆਲੇ ਨਹੀਂ ਆਇਆ ਹੋਇਆ ਸੀ ਹੁਣ ਕਾਫੀ ਖੇਤ ਵਾਣ ਤੋਂ ਬਾਅਦ ਉਹ ਆਪਣੇ ਬਲਦਾਂ ਨੂੰ ਖੜਾ ਕਰ ਲੈਂਦਾ ਹੈ ਤੇ ਫਿਰ ਉਹਨਾਂ ਦੇ ਮੁਲਾਇਮ ਪਿੰਡਿਆਂ ਦੇ ਉੱਤੇ ਪਿਆਰ ਨਾਲ ਹੱਥ ਫੇਰਦਾ ਹੈ ਤੇ ਟਾਲੀ ਦੇ ਇੱਕ ਡਾਣੇ ਨਾਲੋਂ ਸਾਫੇ ਦੇ ਮੂਕੇ ਦੇ ਲੜ ਬੰਨਿਆਂ ਭਾਵ ਕਿ ਸਾਫੇ ਦੇ ਲੜ ਬੰਨਿਆਂ ਗੁੜ ਖੋਲ ਕੇ ਲਿਆਉਂਦਾ ਹੈ ਤੇ ਫਿਰ ਉਹਨਾਂ ਨੂੰ ਚਾਰਦਾ ਹੈ ਉਹਨਾਂ ਨੂੰ ਗੁੜ ਚਾਰਦਿਆਂ ਹੋਇਆਂ ਉਸ ਨੂੰ ਉਹਨਾਂ ਬਲਦਾਂ ਦੇ ਨਾਲ ਇੱਕ ਅਜੀਬ ਜਿਹਾ ਮੋਹ ਜਾਂ ਪਿਆਰ ਮਹਿਸੂਸ ਹੁੰਦਾ ਹੈ ਤੇ ਫਿਰ ਉਹਨਾਂ ਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਉਹ ਸੂਰਜ ਚੜਨ ਤੋਂ ਪਹਿਲਾਂ-ਪਹਿਲਾਂ ਅੱਧਾ ਖੇਤ ਵਾ ਦੇਣਗੇ ਹਾਂਜੀ ਨੈਕਸਟ ਪੈਰਾ ਸੂਰਜ ਚੜਨ ਤਾਈਂ ਉਹਨੇ ਲਹਿੰਦੇ ਵੱਲ ਦੇ ਦੋਵੇਂ ਕਿਾਰੇ ਵਾ ਲਏ ਲਹਿੰਦੇ ਵੱਲ ਦੇ ਤੋਂ ਭਾਵ ਹੈ ਕਿ ਪੱਛਮ ਵੱਲ ਦੇ ਪਾਸੇ ਪਾਪਜੋ ਦਾ ਖੇਤ ਸੀ ਉਦੇ ਪੱਛਮ ਵਾਲੇ ਪਾਸੇ ਦੇ ਜੋ ਦੋ ਕਿਾਰੇ ਸਨ ਉਹਨੇ ਸੂਰਜ ਚੜਨ ਤੱਕ ਉਹ ਦੋਵੇਂ ਕਿਾਰੇ ਵਾਲੇ ਸਨ ਜਦੋਂ ਸੂਰਜ ਦੀਆਂ ਨਿੱਗੀਆਂ ਕਿਰਨਾਂ ਨਿੱਗੀਆਂ ਭਾਵ ਕੋਸੀਆਂ ਕੋਸੀਆਂ ਕਿਰਨਾਂ ਗੋਰੇ ਬਲਦ ਤੇ ਪਈਆਂ ਤਾਂ ਜਗਸੀਰ ਨੂੰ ਉਹਦਾ ਪਿੰਡਾ ਸੁਨਹਿਰੀ ਗੋਟੇ ਵਾਂਗ ਲਿਸ਼ਕਦਾ ਜਾਪਿਆ ਭਾਵ ਕਿ ਜਦੋਂ ਸੂਰਜ ਚੜਿਆ ਤਾਂ ਉਸ ਦੀਆਂ ਕਿਰਨਾਂ ਦੇ ਨਾਲ ਉਸ ਨੂੰ ਗੋਰੇ ਜੋ ਬੱਗਾ ਬਲਦ ਸੀ ਉਹਦਾ ਪਿੰਡਾ ਉਸ ਨੂੰ ਚਮਕਦਾ ਹੋਇਆ ਜਾਪਿਆ ਐਡਾ ਸੋਹਣਾ ਪਿੰਡਾ ਉਹਨੂੰ ਕਦੇ ਨਹੀਂ ਸੀ ਲੱਗਿਆ ਉਸ ਬਲਦ ਖੜਾ ਲੇ ਇੱਕ ਪਲ ਨਿਗਾਹ ਟਿਕਾ ਕੇ ਗੋਰੇ ਦੇ ਲਿਸ਼ਕ ਦੇ ਪਿੰਡੇ ਵੱਲ ਵੇਖਦਾ ਰਿਹਾ ਤੇ ਪਹਿਲਾਂ ਵਾਂਗ ਫੇਰ ਉਹਨੂੰ ਪਲੂਸਣ ਲੱਗ ਪਿਆ ਸੋ ਇਹਨਾਂ 17 ਵਿੱਚ ਜੋ ਜਕਸੀਰ ਹੈ ਉਸ ਦਾ ਉਹ ਨਾ ਬਲਦਾਂ ਦੇ ਨਾਲ ਜੋ ਪਿਆਰ ਹੈ ਉਸੇ ਨੂੰ ਭਾਵਨਾਵਾਂ ਨੂੰ ਦਰਸਾਇਆ ਜਾ ਰਿਹਾ ਹੈ ਕਿਉਂਕਿ ਇਹਨਾਂ ਬਲਦਾਂ ਨੂੰ ਉਸਨੇ ਬੜੇ ਪਿਆਰ ਦੇ ਨਾਲ ਦੁੱਧ ਚੁੰਗਾ ਚੁੰਗਾ ਕੇ ਪਾਲਿਆ ਸੀ ਤੇ ਅੱਜ ਇਹਨਾਂ ਬਲਦਾਂ ਵਿੱਚੋਂ ਗੋਰਾ ਬਲਦ ਉਸਨੂੰ ਖਾਸ ਤੌਰ ਤੇ ਪਿਆਰਾ ਲੱਗ ਰਿਹਾ ਸੀ ਪਰ ਚਾਂਚਕ ਉਂਝੀ ਉਹਦੀ ਨਜ਼ਰ ਪਿੰਡ ਵਾਲੇ ਰਾਹੇ ਵੱਲ ਪਉ ਗਈ। ਚਾਂਚਕ ਭਾਵ ਅਚਾਨਕ ਉਹਦੀ ਨਜ਼ਰ ਜੋ ਪਿੰਡ ਵੱਲੋਂ ਖੇਤ ਨੂੰ ਰਸਤਾ ਆ ਰਿਹਾ ਸੀ ਉਹਦੇ ਵੱਲ ਮੁੜ ਜਾਂਦੀ ਹੈ। ਬਿੰਦ ਦਾ ਬਿੰਦ ਉਸ ਰਾਹ ਉੱਤੇ ਅੱਖਾਂ ਲਾ ਰੱਖੀਆਂ ਕੁਝ ਨਾ ਦਿਸਿਆ। ਪਰ ਥੋੜੀ ਦੇਰ ਲਈ ਉਸਨੇ ਉਸ ਰਾਹ ਉੱਤੇ ਆਪਣੀ ਨਜ਼ਰ ਟਿਕਾਈ, ਨਿਗਾ ਟਿਕਾਈ ਤਾਂ ਉਸਨੂੰ ਕੁਝ ਖਾਸ ਦਿਖਾਈ ਨਹੀਂ ਦਿੱਤਾ। ਪਰ ਜਦੋਂ ਉਹਨੇ ਨਿਗਾ ਹੋਰ ਧਿਆਨ ਨਾਲ ਟਿਕਾਈ ਨੰਦੀ ਦਾ ਦੁਹਰਾ ਹੋਇਆ ਨਿੱਕਾ ਸਰੀਰ ਦੁਹਰਾ ਹੋਇਆ ਤਾਂ ਭਾਵੇਂ ਆ ਕਿ ਉਹਦਾ ਸਰੀਰ ਕੁੱਬਾ ਹੋ ਚੁੱਕਾ ਸੀ ਕਿਉਂਕਿ ਉਹ ਬੁਢਾਪੇ ਦੀ ਅਵਸਥਾ ਵਿੱਚ ਸੀ। ਦੇਸਪਿਆ ਉਹ ਡੰਗੋਰੀ ਮਾਰਦੀ ਬੜੀ ਕਹਲੀ-ਕਹਲੀ ਤੁਰੀ ਆਉਂਦੀ ਸੀ। ਜਗਸੀਰ ਨੂੰ ਕੀ ਨਜ਼ਰ ਆਉਂਦਾ ਹੈ ਕਿ ਉਸਦੀ ਮਾਂ ਨੰਦੀ ਜਿਸ ਦਾ ਸਰੀਰ ਬੁਢਾਪੇ ਦੀ ਅਵਸਥਾ ਵਿੱਚ ਕੁੱਬਾ ਹੋ ਚੁੱਕਾ ਸੀ ਤੇ ਉਸਨੇ ਹੱਥ ਵਿੱਚ ਡੰਗੋਰੀ ਫੜੀ ਹੋਈ ਸੀ ਉਹ ਬੜੀ ਤੇਜ਼ੀ ਨਾਲ ਖੇਤ ਵੱਲ ਤੁਰੀ ਆ ਰਹੀ ਸੀ। ਜਗਸੀਰ ਹਲ ਛੱਡ ਕੇ ਟਾਲੀ ਹੇਠ ਆ ਬੈਠਾ ਉਸਨੇ ਜਦੋਂ ਨੰਦੀ ਨੂੰ ਆਉਂਦਿਆਂ ਵੇਖਿਆ ਤਾਂ ਉਸਨੇ ਹੱਲ ਰੋਕ ਦਿੱਤਾ ਤੇ ਆ ਕੇ ਆਪਣੀ ਟਾਲੀ ਦੇ ਹੇਠਾਂ ਬੈਠ ਗਿਆ ਨੰਦੀ ਵਾਹੋਦਾਹੀ ਖੇਤ ਵੱਲ ਵਗੀ ਆਉਂਦੀ ਸੀ ਵਾਹੋਦਾਹੀ ਖੇਤ ਵੱਲ ਵਗੀ ਆਉਂਦੀ ਸੀ ਭਾਪਕੇ ਨੰਦੀ ਬੜੀ ਤੇਜ਼ੀ ਨਾਲ ਕਾਲੀ ਕਾਲੀ ਖੇਤ ਵੱਲ ਤੁਰੀ ਆ ਰਹੀ ਸੀ ਉਹਦੇ ਨਿੱਕੇ ਅੰਗਾਂ ਵਿੱਚ ਅੱਜ ਬੜਾ ਤਾਜ ਆਪਦਾ ਸੀ ਉਹਦੇ ਸਰੀਰ ਵਿੱਚੋਂ ਉਸਦੇ ਸਰੀਰ ਦੇ ਨਿੱਕੇ-ਨਿੱਕੇ ਜੋ ਅੰਗ ਸਨ ਉਹਦਾ ਜੋ ਸਰੀਰ ਸੀ ਉਹਦੇ ਵਿੱਚੋਂ ਅੱਜ ਅਜੀਬ ਜਿਹਾ ਤਾ ਇੱਕ ਅਜੀਬ ਜਿਹਾ ਪਖਾ ਤੇ ਚਮਕ ਜਾਂ ਤੇਜ਼ੀ ਮਹਿਸੂਸ ਹੋ ਰਹੀ ਸੀ ਜਿਉਂ-ਜਿਉਂ ਉਹ ਹੋਰ ਨੇੜੇ ਆਉਂਦੀ ਗਈ ਉਹਦੇ ਹਾਫ ਭਾਵ ਵਧੇਰੇ ਸਪਸ਼ਟ ਦਿਸਣ ਲੱਗ ਪਏ ਚੁਰੜਾਆਂ ਬੁੱਲਾਂ ਉੱਤੇ ਵਰਿਆਂ ਪਿੱਛੋਂ ਅਜਹੀ ਮੁਸਕਾਨ ਦਿਸੀ ਮੱਥੇ ਦੇ ਅਣਗਿਣਤ ਵਟ ਸੂਰਜ ਦੀ ਸੁਨਹਿਰੀ ਬਾਹ ਨਾਲ ਸਿਉਨੇ ਦੀ ਖਸਲੀ ਦੇ ਵਲਾ ਵਾਂਗ ਲਿਸ਼ਕਦੇ ਸਨ ਸਿਰ ਦੇ ਦੁੱਧ ਚਿੱਟੇ ਵਾਲ ਚਾਂਦੀ ਦੀਆਂ ਤਾਰਾਂ ਵਾਂਗ ਚਮਕਦੇ ਸਨ ਜਗਸੀਰ ਨੂੰ ਅੱਜ ਉਹ ਚੰਨ ਦੀ ਮਾਂ ਵਰਗੀ ਲੱਗਦੀ ਸੀ ਜਿਹੜੀ ਚੰਨ ਦੇ ਚਾਂਦੀ ਥਾਲ ਵਿੱਚ ਮੂਰਤ ਵਾਂਗ ਜੜੀ ਬੈਠੀ ਚਰਖਾ ਕੱਤਦੀ ਨੂੰ ਉਹ ਬਚਪਨ ਤੋਂ ਵੇਂਦਾ ਆਇਆ ਸੀ ਬੇਟਾ ਇਨ੍ਹਾਂ ਸੱਤਰਾਂ ਵਿੱਚ ਜੋ ਲੇਖਕ ਹੈ ਉਹ ਅਸਲ ਵਿੱਚ ਨੰਦੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰ ਰਿਹਾ ਹੈ ਕਿਉਂਕਿ ਅੱਜ ਉਹ ਦਿਨ ਸੀ ਜਿਸ ਦਿਨ ਨੰਦੀ ਦਾ ਆਪਣਾ ਖੇਤ ਜਗਸੀਰ ਦੁਆਰਾ ਵਾਇਆ ਜਾ ਰਿਹਾ ਸੀ ਤੇ ਇਹ ਸਾਲ ਵਿੱਚ ਦੋ ਹੀ ਮੌਕੇ ਆਉਂਦੇ ਸਨ ਇਸ ਲਈ ਅੱਜ ਨੰਦੀ ਬੜੀ ਖੁਸ਼ ਸੀ ਤੇ ਉਸ ਦੀ ਖੁਸ਼ੀ ਉਸ ਦੇ ਚਿਹਰੇ ਉਸ ਦੇ ਸਰੀਰ ਦੇ ਜੋ ਹਾਵ ਭਾਵ ਸੀ ਉਹਨਾਂ ਨੂੰ ਲੇਖਕ ਨੇ ਬਿਆਨ ਕੀਤਾ ਹੈ ਹੁਣ ਤਾਂ ਇਥੋਂ ਤਾਈਂ ਅੱਪੜ ਦੀਦਾ ਵੀ ਸਾਹ ਚੜ ਜਾਂਦਾ ਹੈ ਵੈਰੀਆ ਕਿਤੇ ਤਾਂ ਬੜ ਨੰਦੀ ਨੇ ਖੇਤ ਦੇ ਨੇੜੇ ਆ ਕੇ ਆਪ ਮੁਹਰੇ ਹੀ ਆਖਿਆ ਹਾਂਜੀ ਇਹ ਸ਼ਬਦ ਕੌਣ ਬੋਲਦਾ ਹੈ ਜਗਸੀਰ ਦੀ ਮਾਂ ਨੰਦੀ ਬੋਲਦੀ ਹੈ ਤੇ ਇਹ ਸ਼ਬਦ ਉਹ ਕਿਸ ਨੂੰ ਸੰਬੋਧਿਤ ਕਰਦੀ ਹੈ ਉਹ ਇਹ ਸ਼ਬਦ ਆਪਣੇ ਘਰ ਵਾਲੇ ਜੋ ਕਿ ਮਰ ਚੁੱਕਾ ਹੈ ਠੋਲੇ ਨੂੰ ਸੰਬੋਧਿਤ ਕਰਦੀ ਹੈ ਤੇ ਉਸ ਨੂੰ ਨਹੋਰੇ ਨੇ ਭਰੇ ਲਹਿਜ਼ੇ ਵਿੱਚ ਵਿਅੰਗ ਭਰੇ ਲਹਿਜ਼ੇ ਵਿੱਚ ਕਹਿੰਦੀ ਹੈ ਕਿ ਹੁਣ ਉਹ ਇੰਨੀ ਬੁੱਢੀ ਹੋ ਚੁੱਕੀ ਹੈ ਕਿ ਖੇਤ ਤੱਕ ਆਉਂਦੇ ਮੈਨੂੰ ਸਾਹ ਚੜ ਜਾਂਦਾ ਹੈ। ਭਾਵ ਕਿ ਉਹ ਹੁਣ ਜਗਸੀਰ ਦੀਆਂ ਰੋਟੀਆਂ ਟੋਣ ਯੋਗੀ ਉਮਰ ਵਿੱਚ ਨਹੀਂ ਹੈ। ਸੁਣ ਕੇ ਜਗਸੀਰ ਦੀ ਮੱਲੋਜ਼ੂਰੀ ਹਾਸੀ ਨਿਕਲ ਗਈ। ਜਦੋਂ ਜਗਸੀਰ ਨੰਦੀ ਨੂੰ ਮਰੇ ਹੋਏ ਠੋਲੇ ਨਾਲ ਨਹੋਰੇ ਭਰੇ ਲਹਿਜ਼ੇ ਵਿੱਚ ਗੱਲ ਕਰਦਿਆਂ ਸੁਣਦਾ ਹੈ ਤਾਂ ਉਸ ਦੀ ਬਦੋ ਬਦੀ ਹਾਸੀ ਭਾਪਕੇ ਦਾ ਬੱਦੋ ਬਦੀ ਹਾਸਾ ਨਿਕਲ ਜਾਂਦਾ ਹੈ ਜਦੋਂ ਉਹ ਟਾਲੀ ਦੇ ਨੇੜੇ ਆਈ ਜਗਸੀਰ ਨੇ ਅਗਾਹ ਹੋ ਕੇ ਉਹਦੇ ਸਿਰੋਂ ਰੋਟੀਆਂ ਵਾਲਾ ਪੂਣਾ ਤੇ ਕੱਚੀ ਲੱਸੀ ਦਾ ਕੁੱਜਾ ਲਾ ਲਿਆ ਨੰਦੀ ਡੰਗੋਰੀ ਉੱਤੇ ਜ਼ੋਰ ਪਾ ਕੇ ਪਿੱਠ ਸਿੱਧੀ ਕਰਨ ਲੱਗੀ ਤਾਂ ਪੀੜ ਨਾਲ ਉਹਦੀਆਂ ਝੁਰੜੀਆਂ ਹੋਰ ਸੰਘਣੀਆਂ ਹੋ ਗਈਆਂ ਇਹਨਾਂ ਸਤਰਾਂ ਦਾ ਭਾਵ ਇਹ ਹੈ ਕਿ ਜਦੋਂ ਨੰਦੀ ਜੋ ਕਿ ਜਗਸੀਰ ਦੀ ਰੋਟੀ ਲੈ ਕੇ ਆਈ ਸੀ ਉਹ ਟਾਲੀ ਦੇ ਨੇੜੇ ਆਈ ਤਾਂ ਜਖਸੀਰ ਨੇ ਅੱਗੇ ਹੋ ਕੇ ਅਗਲਵਾਂਡੇ ਜਾ ਕੇ ਉਹਦੇ ਸਿਰੋਂ ਰੋਟੀਆਂ ਵਾਲਾ ਪੂਣਾ ਤੇ ਕੱਚੀ ਲੱਸੀ ਦਾ ਕੁਝਾ ਲਾ ਲੈਂਦਾ ਹੈ ਤੇ ਨੰਦੀ ਆਪਣੇ ਹੱਥ ਵਿੱਚ ਫੜੀ ਡੰਗੂਰੀ ਭਾਪਕੀ ਸੋਟੀ ਦੇ ਉੱਤੇ ਜ਼ੋਰ ਪਾ ਕੇ ਆਪਣੇ ਲੱਕ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਲੱਕ ਕੁੱਬਾ ਹੋਣ ਕਰਕੇ ਉਹ ਸਿੱਧਾ ਨਹੀਂ ਹੁੰਦਾ ਉਲਟਾ ਨੰਦੀ ਨੂੰ ਦਰਦ ਮਹਿਸੂਸ ਹੁੰਦੀ ਹੈ ਤੇ ਪੀੜ ਦੇ ਨਾਲ ਉਹਦੇ ਚਿਹਰੇ ਦੀਆਂ ਝੁਰੜੀਆਂ ਹੋਰ ਜ਼ਿਆਦਾ ਸੰਘਣੀਆਂ ਹੋ ਜਾਂਦੀਆਂ ਹਨ ਅੱਖਾਂ ਵਿੱਚੋਂ ਪਾਣੀ ਡਿੱਗਣ ਲੱਗ ਪਿਆ ਆਪ ਦਰਦ ਦੇ ਕਾਰਨ ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗ ਪੈਂਦੀ ਹਨ ਇੱਕ ਹੱਥ ਨਾਲ ਡੰਗੋਰੀ ਸਾਂਭ ਕੇ ਦੂਜੇ ਨਾਲ ਲੱਕ ਨੂੰ ਸਹਾਰਾ ਦਿੱਤਾ ਪਰ ਪਿੱਠ ਫੇਰ ਵੀ ਸਿੱਧੀ ਨਾ ਹੋਈ ਉਹ ਏਵੇਂ ਡਾਢਿਆ ਪੀੜ ਵਿੰਨਿਆ ਇੱਕ ਲੰਮਾ ਹੋਕਾ ਭਰਿਆ ਤੇ ਨਢਾਲ ਹੋ ਕੇ ਉੱਥੇ ਹੀ ਟਹਿ ਪਈ ਹੁਣ ਕੋਈ ਮੇਰੀ ਉਮਰ ਹੈ ਤੈਨੂੰ ਪਰੋਸੇ ਲਿਆ ਕੇ ਦੇਣ ਦੀ ਪਰੋਸੇ ਲਿਆ ਕੇ ਦੇਣ ਦੀ ਭਾਵ ਕੀ ਰੋਟੀਆਂ ਲਿਆ ਕੇ ਦੇਣ ਦੀ ਸਾਰੀ ਉਮਰ ਵੱਡਾ ਧਰਮਾਤਮਾ ਬਣਿਆ ਫਿਰਦਾ ਰਿਹਾ ਜੇ ਕਲਾ ਹੋਵੇ ਤਾਂ ਕੋਈ ਕੌਤਕਨਾ ਵਿਖਾਵੇ ਇਨ੍ਹਾਂ ਸਤਰਾਂ ਵਿੱਚ ਫਿਰ ਲੇਖਕ ਨੰਦੀ ਦੀਆਂ ਭਾਵਨਾਵਾਂ ਨੂੰ ਵਿਅਕਤ ਕਰਦਾ ਹੈ ਕਿ ਬੇਸ਼ੱਕ ਉੱਭੀ ਹੋਣ ਕਰਕੇ ਉਸ ਦੇ ਲੱਕ ਵਿੱਚ ਦਰਦ ਹੋ ਰਹੀ ਸੀ ਪਰ ਜ਼ਿਆਦਾ ਦੁੱਖ ਉਸ ਦੇ ਮਨ ਵਿੱਚ ਸੀ ਇਸ ਵਿੱਚ ਉਹਨੂੰ ਸਰੀਰਕ ਪੀੜ ਘੱਟ ਤੇ ਮਾਨਸਿਕ ਪੀੜ ਜ਼ਿਆਦਾ ਸੀ ਉਹਦੀ ਇਹ ਮਾਨਸਿਕ ਪੀੜ ਇਨ੍ਹਾਂ ਸਤਰਾਂ ਤੋਂ ਉਸ ਵੇਲੇ ਵਿਅਕਤ ਹੁੰਦੀ ਹੈ ਜਦੋਂ ਉਹ ਫੇਰ ਠੋਲੇ ਦੀ ਮੜੀ ਦੇ ਕੋਲ ਬੈਠੀ ਨਢਾਲ ਹੋਈ ਉਸ ਨੂੰ ਫਿਰ ਨਹੂਰੇ ਭਰੇ ਲਹਿਜ਼ੇ ਵਿੱਚ ਕਹਿੰਦੀ ਹੈ ਕਿ ਹੁਣ ਉਹਦੇ ਪਰੋਸੇ ਲਿਆਉਣ ਦੀ ਉਮਰ ਨਹੀਂ ਹੈ ਉਸ ਨੂੰ ਫਿਰ ਤਾਨਾ ਮਾਰਦੀ ਹੈ ਕਿ ਜੇ ਉਹ ਵੱਡਾ ਧਰਮ ਵਾਲਾ ਸੀ ਧਰਮ ਨਿਭਾਉਣ ਵਾਲਾ ਸੀ ਤਾਂ ਉਹ ਤਾਂ ਮੰਨੇਗੀ ਜੇ ਉਹ ਕੋਈ ਇਹੋ ਜਿਹਾ ਚਮਤਕਾਰ ਦਿਖਾਵੇ ਜਿਹਦੇ ਨਾਲ ਉਹਦੇ ਪੁੱਤਰ ਜਗਸੀਰ ਦਾ ਘਰ ਵੱਸ ਜਾਵੇ ਤੇ ਸੱਚਮੁੱਚ ਉਹਦੇ ਨਾਮ ਦੇ ਅਨੁਸਾਰ ਉਹਨਾਂ ਦੀ ਇਸ ਜੱਗ ਇਸ ਸੰਸਾਰ ਦੇ ਨਾਲ ਸੀਰ ਭਵ ਸਾਂਝ ਪੈ ਜਾਵੇ ਫਿਰ ਉਹ ਚੁੰਨੀ ਦੇ ਪੱਲੇ ਨਾਲ ਮੂੰਹ ਕੱਜ ਕੇ ਦੁਸਕਣ ਲੱਗ ਪਈ ਤੇ ਇਸ ਤਰ੍ਹਾਂ ਉਹ ਠੋਲੇ ਨੂੰ ਨਹੂਰੇ ਮਾਰਦੀ ਹੋਈ ਇੰਨੀ ਜ਼ਿਆਦਾ ਭਾਵੁਕ ਹੋ ਜਾਂਦੀ ਹੈ ਕਿ ਉਸ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਦੁਸਕਣ ਲੱਗ ਪੈਂਦੀ ਹੈ ਭਾਵਕੀ ਰੋਣ ਲੱਗ ਪੈਂਦੀ ਹੈ ਨਾਊ ਵੀ ਵਿਲ ਡਿਸਕਸ ਦਾ ਵਰਡ मीनिंग्स ਆਫ ਪੇਜ ਨੰਬਰ 17 ਐਂਡ 18 ਹਾਂਜੀ ਹੁਣ ਅਸੀਂ ਸਫਾ ਨੰਬਰ 17 ਅਤੇ 18 ਦੇ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ ਸਾਡਾ ਪਹਿਲਾ ਸ਼ਬਦ ਹੈ ਹੌਲੀ ਹੌਲੀ ਵਹਿਣ ਵਹਿਣ ਤੋਂ ਭਾਵ ਹੈ ਕੀਰਨੇ ਪਾਉਣੇ ਅਗਲਾ ਸ਼ਬਦ ਹੈ ਜਗਸੀਰ ਭਾਵ ਜਗ ਦੇ ਨਾਲ ਸਾਝ ਨਖੀੜਨ ਵਾਲਿਆ ਵੱਖਰਾ ਕਰਨ ਵਾਲਿਆ ਸਿਵੀਆਂ ਮੜੀਆਂ ਬੇਕਾਬੂ ਜੋ ਕਾਬੂ ਵਿੱਚ ਨਾ ਰਹੇ ਕਾਬੂ ਤੋਂ ਬਾਹਰ ਉਛਲ ਪਿਆ ਭਾਵੁਕ ਹੋ ਗਿਆ ਮਨ ਪਰ ਆਇਆ ਮੱਲੋ ਜ਼ੋਰੀ ਬਦੋ ਬਦੀ ਜਬਰਦਸਤੀ ਕੱਗੀ ਆਵਾਜ਼ ਵਿੱਚ ਦੁੱਖ ਨਾਲ ਭਰੀ ਆਵਾਜ਼ ਵਿੱਚ ਅੰਦਰ ਹੌਲਾ ਹੋ ਗਿਆ ਮਨ ਹੌਲਾ ਹੋ ਗਿਆ ਦੋਜ ਕੀ ਜਾਣਿਆ ਨਰਕਾਂ ਵਿੱਚ ਜਾਣ ਵਾਲਿਆ ਅਗਲਾ ਸ਼ਬਦ ਹੈ ਸਾਰ ਨਾਲ ਲਈਏ ਸਾਰ ਨਾਲ ਲਈਏ ਭਾਵ ਜੀ ਹਾਲਚਲ ਨਾ ਪੁੱਛੀਏ ਖਬਰ ਨਾ ਰੱਖੀਏ ਤਣ ਪੱਤਣ ਕਿਸੇ ਪਾਸੇ ਜੋਗਾ ਬੁੜਬੜਾਉਣਾ ਆਪਣੇ ਮੂੰਹ ਵਿੱਚ ਆਪੇ ਬੋਲੀ ਜਾਣਾ ਡਿਗਦੀ ਢੈਂਦੀ ਬੜੀ ਮੁਸ਼ਕਲ ਦੇ ਨਾਲ ਕਲਪਾ ਦੁਖੀ ਕਰਨਾ ਡੰਗੂਰੀ ਸੋਟੀ ਅਗਲਾ ਸ਼ਬਦ ਹੈ ਮਨ ਭਰਿਆ ਹੋਣ ਕਰਕੇ ਭਾਵ ਮਨ ਦੁਖੀ ਹੋਣ ਕਰਕੇ ਪੇਜ ਨੰਬਰ 18 ਫਰਸਟ ਵਰਡ ਹੈ ਮੋੜ ਫਿਸਪੇ ਭਾਵ ਦੁਬਾਰਾ ਰੋਣ ਲੱਗ ਪਈ ਦੱਬਵੀਂ ਆਵਾਜ਼ ਹੌਲੀ ਜਾਂ ਮੱਦਮ ਜੀ ਆਵਾਜ਼ ਬੇਸੁਧ ਨਿਢਾਲ ਸਤਿਆਹੀਨ ਅਗਲਾ ਸ਼ਬਦ ਹੈ ਤਿੱਖੇ ਤੇਜ਼ ਮੁੰਨੇ ਉੱਤੇ ਹੱਥੀ ਉੱਤੇ ਤਰੀਕੀ ਦਾ ਕਸੀਟ ਦਾ ਨਾਓ ਵੀ ਵਿਲ ਸਟਾਰਟ ਦਾ ਰੀਡਿੰਗ ਆਫ ਪੇਜ ਨੰਬਰ 17 ਐਂਡ 18 ਹੋਲੀ-ਹੋਲੀ ਵੈਣ ਪਉਣ ਲੱਗ ਪਈ ਕੌਣ ਵੈਣ ਪਉਣ ਲੱਗ ਪਿੰਦਾ ਹੈ ਜਗਸੀਰ ਦੀ ਮਾਂ ਨੰਦੀ ਮੈਥੋਂ ਹੁਣ ਤੇਰਾ ਖਾਣਾ ਨਹੀਂ ਪਹੁੰਚਦਾ ਵੀ ਮੇਰੇ ਰਾਜੇ ਸੋਹਰੇ ਦੇ ਪੁੱਤਾਂ ਇੱਥੇ ਨੰਦੀ ਜਦੋਂ ਵੈਣ ਪਾਉਂਦੀ ਹੈ ਤਾਂ ਉਹ ਠੋਲੇ ਨੂੰ ਰਾਜੇ ਸੋਹਰੇ ਦਾ ਪੁੱਤਾਂ ਕਹਿੰਦੀ ਹੈ ਭਾਵੇਂ ਕਿ ਜੋ ਠੋਲਾ ਸੀ ਉਹਦੇ ਸੋਹਰੇ ਦਾ ਪੁੱਤ ਸੀ ਤੈਨੂੰ ਕਿਤੇ ਵੀ ਮੇਰੇ ਤੇ ਤਰਸਣਾ ਆਇਆ ਵੇ ਜਗਸੀਰ ਪਵਾਕੇ ਸਿਰ ਨਖੇੜਨ ਵਾਲਿਆ ਇੱਥੇ ਉਹ ਠੋਲੇ ਨੂੰ ਇਹ ਨੋਰਾ ਮਾਰਦੀ ਹੈ ਕਿ ਉਸਨੇ ਜਗ ਨਾਲ ਉਹਦੀ ਸਾਂਝ ਪੁਵਾਈ ਸੀ ਕਿਸ ਦੇ ਰੂਪ ਵਿੱਚ ਜਗਸੀਰ ਦੇ ਰੂਪ ਵਿੱਚ ਉਹੀ ਉਹਦੀ ਜਗ ਨਾਲ ਸਾਂਝ ਪੂਣ ਵਾਲਾ ਸੀ ਪਰ ਉਹਦੇ ਕਰਕੇ ਹੀ ਉਹਦੀ ਜਗ ਦੇ ਨਾਲ ਸਾਂਝ ਖਤਮ ਵੀ ਹੋਈ ਹੈ ਉਹ ਕਿਵੇਂ ਕਿਉਂਕਿ ਜਗਸੀਰ ਦਾ ਅੱਗੇ ਵਿਆਹ ਨਹੀਂ ਹੋਇਆ ਸੀ ਤੇ ਵਿਆਹ ਨਾ ਹੋਣ ਦਾ ਕਾਰਨ ਇਹ ਸੀ ਕਿ ਜੋ ਨੰਦੀ ਸੀ ਉਸ ਸਾਸੀਆਂ ਦੀ ਧੀ ਸੀ ਤੇ ਇਸ ਤਰ੍ਹਾਂ ਕੁਜਾਤ ਹੋਣ ਕਰਕੇ ਜਗਸੀਰ ਨੂੰ ਕੋਈ ਵੀ ਪੁੱਣ ਦਾ ਰਿਸ਼ਤਾ ਨਹੀਂ ਹੋ ਰਿਹਾ ਸੀ ਤੇ ਠੋਲਾ ਪੈਸੇ ਦੇ ਕੇ ਉਹਦੇ ਵਾਸਤੇ ਕਿਸੇ ਦੀ ਧੀ ਲਾਉਣ ਲਈ ਤਿਆਰ ਨਹੀਂ ਸੀ ਤੇ ਇਸੇ ਗੱਲ ਦਾ ਰੰਝ ਨੰਦੀ ਨੂੰ ਠੋਲੇ ਨਾਲ ਸੀ ਕੋਈ ਸਿਵੀਆਂ ਤੇ ਦੀਵਾ ਬਾਲਣ ਜੋਗਾ ਵੀ ਨਹੀਂ ਰਹਿਣਾ ਵੇ ਵੱਡੇ ਪਰਿਵਾਰਾਂ ਵਾਲਿਆ ਉਹ ਫੇਰ ਇੱਥੇ ਠੋਲੇ ਨੂੰ ਨਹੂਰਾ ਮਾਰਦੀ ਹੈ ਕਿ ਜੇਕਰ ਉਹਦੇ ਪੁੱਤਰ ਜਗਸੀਰ ਦਾ ਕੋਈ ਵੀ ਬਨ ਸੁਭ ਨਾ ਹੋਇਆ ਤਾਂ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਸਿਵੇ ਤੇ ਉਹਨਾਂ ਦੀ ਮੜੀ ਤੇ ਕੋਈ ਵੀ ਦੀਵਾ ਬਾਲਣ ਚੁਗਾ ਨਹੀਂ ਰਹੇਗਾ ਭਾਵ ਉਹਨਾਂ ਦਾ ਕੁਲ ਖਤਮ ਹੋ ਜਾਵੇਗਾ ਤੇ ਉਸ ਨੂੰ ਵੱਡੇ ਪਰਿਵਾਰਾਂ ਵਾਲਾ ਇਸ ਕਰਕੇ ਆਖਦੀ ਹੈ ਕਿਉਂਕਿ ਨੰਦੀ ਦੀਆਂ ਚਾਰ ਧੀਆਂ ਸੰਤ ਤੇ ਉੱਥੇ ਪੰਜਵਾਂ ਪੁੱਤਰ ਜਗਸੀਰ ਸੀ ਪਰ ਇਹਨੇ ਪੰਜ ਧੀਆਂ ਪੁੱਤਰਾਂ ਦੇ ਬਾਵਜੂਦ ਵੀ ਅੱਗੇ ਉਹਦਾ ਕੁਲ ਦਾ ਦੀਵਾ ਬਾਲਣ ਵਾਲਾ ਕੋਈ ਨਹੀਂ ਹੋਣਾ ਸੀ ਤੂੰ ਕਿਤੇ ਨਾ ਮੇਰੀ ਸਾਰ ਨੂੰ ਬੋੜਿਆਵੇ ਪਿਛਲੇ ਜਨਮਾਂ ਦੇ ਆ ਵੈਰੀਆ ਉਹ ਫਿਰ ਉਸ ਨੂੰ ਨਹੋਰੇ ਮਾਰਦੀ ਹੈ ਕਿ ਉਹ ਆਪ ਤੇ ਮਰ ਗਿਆ ਹੈ ਪਰ ਹੁਣ ਉਹਦੀ ਸਾਰ ਲੈਣ ਲਈ ਵਾਪਸ ਨਹੀਂ ਆਉਂਦਾ ਤੇ ਉਸ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਉਸ ਨੇ ਉਸ ਦੇ ਨਾਲ ਕੋਈ ਪਿਛਲੇ ਜਨਮ ਦੀ ਦੁਸ਼ਮਣੀ ਕੱਢੀ ਹੈ ਜਗਸੀਰ ਪਹਿਲਾਂ ਤਾਂ ਕੁਝ ਚਿਰ ਚੁੱਪ ਕਰਕੇ ਬੈਠਾ ਰਿਹਾ ਪਰ ਫਿਰ ਨੰਦੀ ਦੇ ਵੈਣਾ ਨੇ ਉਹਦੇ ਮਨ ਉੱਤੇ ਅਜਿਹਾ ਅਸਰ ਕੀਤਾ ਕਿ ਉਹ ਦਾ ਅੰਦਰ ਬੇਕਾਬੂ ਹੋ ਕੇ ਉੱਚਲ ਪਿਆ ਬੜਾ ਯਤਨ ਕਰਕੇ ਵੀ ਉਹ ਆਪਣੇ ਆਪ ਨੂੰ ਨਾ ਸੰਭਾਲ ਸਕਿਆ ਤੇ ਅੱਖਾਂ ਮੱਲੋ ਜ਼ੋਰੀ ਵਹਿਣ ਲੱਗ ਪਈਆਂ ਸੋ ਇਹਨਾਂ 17 ਨੂੰ ਸਪਸ਼ਟ ਹੁੰਦਾ ਹੈ ਕਿ ਨੰਦੀ ਦੇ ਕੀਰਨੇ ਉਹਦੇ ਵਹਿਣਾ ਨੂੰ ਸੁਣ ਕੇ ਜਗਸੀਰ ਪਹਿਲਾਂ ਤਾਂ ਚੁੱਪ ਕਰਕੇ ਬੈਠਾ ਰਹਿੰਦਾ ਹੈ ਪਰ ਬਾਅਦ ਵਿੱਚ ਉਹਦੇ ਮਨ ਤੇ ਇਹਨਾਂ ਡੂੰਗਾ ਅਸਰ ਹੁੰਦਾ ਹੈ ਕਿ ਬਦੋ ਬਦੀ ਉਹਦੀਆਂ ਅੱਖਾਂ ਵਿੱਚੋਂ ਵੀ ਅਥਰੂ ਵਹਿਣੇ ਸ਼ੁਰੂ ਹੋ ਜਾਂਦੇ ਹਨ ਭਸਕਰ ਬੇਬੇ ਉਸ ਪੱਗ ਦੇ ਲੜ ਨਾਲ ਅੱਖਾਂ ਪੁੰਜਦਿਆਂ ਘੱਗੀ ਆਵਾਜ਼ ਵਿੱਚ ਨੰਦੀ ਨੂੰ ਤਰਲਾ ਕੀਤਾ ਉਹ ਪੱਗ ਦੇ ਲੜ ਨਾਲ ਆਪਣੀ ਅੱਖਾਂ ਪੁੰਜਦਾ ਹੈ ਤੇ ਭਰੇ ਹੋਏ ਮਨ ਨਾਲ ਨੰਦੀ ਨੂੰ ਵੀ ਰੋਣ ਚੁੱਪ ਕਰਨ ਲਈ ਕਹਿੰਦਾ ਹੈ ਪਰ ਨੰਦੀ ਨਾ ਹਟੀ ਜਦੋਂ ਵੈਣ ਪਾ ਪਾ ਤੇ ਰੋ ਰੋ ਉਹਦਾ ਅੰਦਰ ਹੌਲਾ ਹੋ ਗਿਆ ਤਾਂ ਆਪੇ ਹੀ ਚੁੱਪ ਹੋਈ ਉਹਨਾਂ ਚਿਰ ਜਗਸੀਰ ਦੀਆਂ ਅੱਖਾਂ ਵੀ ਨਾ ਸੁਕੀਆਂ ਤੈਨੂੰ ਮੇਰਾ ਇੱਕੋ ਪੁੱਤ ਕੀ ਯਾਦ ਕਰੂ ਵੇ ਦੋਜ ਕੀ ਜਾਣੇ ਨੰਦੀ ਨੇ ਡਿਸਕੋਰੇ ਲੈਂਦਿਆਂ ਜਕਸੀਰ ਦੇ ਪਿਓ ਨੂੰ ਇੱਕ ਹੋਰ ਉਲਾਂਬਾ ਦਿੱਤਾ ਤੇ ਫੇਰ ਰੋਟੀਆਂ ਵਾਲਾ ਪੂਣਾ ਖੋਲਦਿਆਂ ਹੌਲੀ-ਹੌਲੀ ਬੁੜਾਈ ਗਈ ਜੇ ਅਸੀਂ ਤੇਰੇ ਵਾਲੀ ਕਰੀਏ ਕਦੇ ਆਕੇ ਤੇਰੀ ਸਾਰ ਨਾ ਲਈਏ ਪਰ ਕਰੀਏ ਕੀ ਸਰਦਾ ਨਹੀਂ ਤੂੰ ਤਾਂ ਪੁੱਤ ਨੂੰ ਕਿਸੇ ਤਣਪੱਤਣ ਨਹੀਂ ਲਾਇਆ ਪਰ ਉਹ ਤੋਂ ਤਾਂ ਜਿਉਂਦੇ ਜੀ ਪਿੱਛਾ ਨਹੀਂ ਨਾ ਦਿੱਤਾ ਜਾਂਦਾ ਤੇਰੇ ਵਰਗਾ ਪੱਥਰ ਬਣਿਆ ਜਾਂਦਾ ਇਹਨਾਂ ਸੱਤਰਾਂ ਵਿੱਚ ਫੇਰ ਨੰਦੀ ਪੂਣਾ ਖੋਲਦਿਆਂ ਹੋਇਆਂ ਠੋਲੇ ਨਾਲ ਹੀ ਅਪਰਤਖ ਰੂਪ ਵਿੱਚ ਗੱਲਾਂ ਕਰੀ ਜਾਂਦੀ ਹੈ ਤੇ ਉਸ ਨੂੰ ਉਲਾਂਭਾ ਦਿੰਦੀ ਹੈ ਕਿ ਉਸਨੇ ਜਿਉਂਦੇ ਜੀ ਆਪਣੇ ਪੁੱਤ ਦਾ ਘਰ ਨਹੀਂ ਵਸਾਇਆ ਇੰਜ ਬੋਲਦਿਆਂ ਨੰਦੀ ਨੇ ਪੂਣੇ ਵਿੱਚੋਂ ਇੱਕ ਮਿੱਠੀ ਰੋਟੀ ਉੱਤੇ ਮੋਠ ਕੁਚੌਲ ਧਰ ਕੇ ਜਗਸੀਰ ਦੇ ਪਿਓ ਦੀ ਮੜੀ ਵਿੱਚ ਧਰ ਦਿੱਤੀ ਫਿਰ ਕੱਚੀ ਲੱਸੀ ਵਾਲਾ ਕੁਜਜਾ ਚੁੱਕ ਕੇ ਕੁਝ ਲੱਸੀ ਮੜੀ ਉੱਤੇ ਢੋਲ ਦਿੱਤੀ ਤੇ ਕੁਜਜਾ ਮੱਥੇ ਨੂੰ ਲਾ ਕੇ ਮੁਰ ਉਵੇਂ ਬੁੜਬੜਾਉਣ ਲੱਗ ਪਈ ਸੋ ਇਹ ਸਤਰਾਂ ਦਾ ਅਰਥ ਇਹ ਹੈ ਕਿ ਸਭ ਤੋਂ ਪਹਿਲਾਂ ਉਹ ਨੰਦੀ ਜੋ ਹੈ ਉਹ ਠੋਲੇ ਦੀ ਮੜੀ ਨੂੰ ਪੂਜਦੀ ਹੈ ਜੋ ਨਿਭਗੀ ਸੋਪਲੀ ਹੁਣ ਹੋਰ ਮੈਥੋਂ ਆਸ ਨਾ ਰੱਖੀ ਤੇ ਨਾਲ ਹੀ ਉਸ ਨੂੰ ਫਿਰ ਇਹਨੂੰ ਹੋਰਾ ਮਾਰਦੀ ਹੈ ਕਿ ਜਿੰਨਾ ਚਿਰ ਉਹਦੇ ਕੋਲੋਂ ਉਹਦੇ ਨਾਲ ਨਿਭਾਈ ਜਾ ਚੁੱਕੀ ਸੀ ਜਾਂ ਨਿਭਾਈ ਜਾ ਸਕਦੀ ਸੀ ਉਹ ਨਿਭਾ ਚੁੱਕੀ ਹੈ ਹੁਣ ਅੱਗੇ ਉਹ ਉਸ ਤੋਂ ਹੋਰ ਆਸ ਜਾਂ ਉਮੀਦ ਨਾ ਰੱਖੇ ਅਗਲੀ ਫਸਲ ਨੂੰ ਜੇ ਮੰਨਤਾ ਕਰਾਉਣ ਵਾਲੀ ਲਿਆਏਗਾ ਤਾਂ ਖਬਰ ਨਹੀਂ ਟੇਕ ਦੀ ਟੈਂਦੀ ਮੈਂ ਵੀ ਆ ਜੂ ਨਹੀਂ ਤਾਂ ਰੱਬ ਰਾਜੀ ਉਹ ਫਿਰ ਉਸੇ ਗੱਲ ਤੇ ਆਉਂਦੀ ਹੈ ਕਿ ਇਸ ਫਸਲ ਤੱਕ ਤਾਂ ਉਸ ਦੀ ਮੜੀ ਪੂਜ ਚੁੱਕੀ ਹੈ ਪਰ ਜੇ ਅਗਲੀ ਫਸਲ ਨੂੰ ਉਸ ਨੇ ਜਗਸੀਰ ਦੇ ਘਰ ਮੰਨਤਾ ਕਰਾਉਣ ਵਾਲੀ ਨਾ ਲਿਆਂਦੀ ਭਾ ਕੋ ਇਹੋ ਜਿਹਾ ਚਮਤਕਾਰ ਨਾ ਦਿਖਾਇਆ ਕਿ ਜਗਸੀਰ ਦਾ ਵਿਆਹ ਨਾ ਹੋਇਆ ਤਾਂ ਉਹ ਅਗਲੀ ਫਸਲ ਨੂੰ ਉਸ ਦੀ ਮੜੀ ਪੂਜਣ ਲਈ ਨਹੀਂ ਆਵੇਗੀ ਪਰ ਜੇਕਰ ਉਹ ਕੋਈ ਮੰਨਤਾ ਕਰਾਉਣ ਵਾਲੀ ਲੈ ਆਵੇਗਾ ਤਾਂ ਹੋ ਸਕਦਾ ਕਿ ਉਹ ਵੀ ਮੁਸਕਨ ਨਾਲ ਡਿਗਦੀ ਟੈਂਦੀ ਉਦੇ ਤੱਕ ਪੂਜ ਜਾਵੇ ਹੁਣ ਬਹੁਤਾ ਚਿਰ ਨਹੀਂ ਮੈਥੋਂ ਕੱਟੀ ਦਾ ਹੋਰ ਜੇ ਕੁਝ ਕਰਨ ਜੋਗਾ ਨਹੀਂ ਤਾਂ ਆਪ ਦੇ ਕੋਲ ਹੀ ਸੱਤ ਲੈ ਦਿਨ ਰਾਤ ਐਂ ਦੇਖ ਦੇਖ ਕਲਪਾਂ ਤਾਂ ਨਾ ਤੇ ਫਿਰ ਉਹ ਆਪਣੀ ਹਾਰੀ ਹੋਈ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਕਿ ਜੇਕਰ ਉਹਦੇ ਕੋਲੋਂ ਕੋਈ ਹੋਰ ਕਰਾਮਾਤ ਨਹੀਂ ਹੁੰਦੀ ਤਾਂ ਫਿਰ ਉਹ ਮੌਤ ਦੇ ਰੂਪ ਵਿੱਚ ਉਹਨੂੰ ਆਪਣੇ ਕੋਲ ਹੀ ਬੁਲਾ ਲਵੇ ਤਾਂ ਜੋ ਜਗਸੀਰ ਵੱਲ ਵੇਖ ਵੇਖ ਕੇ ਉਹ ਦਿਨ ਰਾਤ ਜੋ ਕਲਪਦੀ ਹੈ ਉਸ ਦੀ ਉਹ ਕਲਪਨਾ ਸੌਰੀ ਉਸ ਦੀ ਉਸ ਦਾ ਉਹ ਦੁੱਖ ਖਤਮ ਹੋ ਜਾਵੇ ਬੋਲਦਿਆਂ ਇੱਕ ਰੋਟੀ ਹੋਰ ਚੁੱਕੀ ਤੇ ਡੰਗੋਰੀ ਫੜ ਕੇ ਬਲਦਾਂ ਵੱਲ ਤੁਰ ਗਈ। ਅੱਧੀ-ਅੱਧੀ ਕਰਕੇ ਉਹਨੇ ਰੋਟੀ ਬਲਦਾਂ ਨੂੰ ਚਾਰ ਦਿੱਤੀ ਤੇ ਉਹਨੇ ਦੋਹਾਂ ਦੋਹਾਂ ਦੇ ਮੱਥਿਆਂ ਨੂੰ ਛੁਹਾ ਕੇ ਹੱਥ ਜੋੜੇ। ਵਾਪਸ ਆ ਕੇ ਬਚਦੀਆਂ ਤਿੰਨ ਰੋਟੀਆਂ ਉੱਤੇ ਚੌਲ ਤਰ ਕੇ ਜਗਸੀਰ ਨੂੰ ਦੇ ਦਿੱਤੀਆਂ। ਉਹਨੇ ਕਿੰਨੀਆਂ ਰੋਟੀਆਂ ਜਗਸੀਰ ਨੂੰ ਦਿੱਤੀਆਂ? ਤਿੰਨ ਰੋਟੀਆਂ ਜਿਨ੍ਹਾਂ ਉੱਤੇ ਚੌਲ ਤਰੇ ਹੋਏ ਸਨ। ਉਹਨੇ ਰੋਟੀਆਂ ਫੜ ਤਾਂ ਲਈਆਂ ਪਰ ਮਨ ਭਰਿਆ ਹੋਣ ਕਰਕੇ ਉਹ ਤੋਂ ਮਸਾਂ ਅੱਧੀ ਰੋਟੀ ਖਾਦੀ ਗਈ। ਅਸਲ ਵਿੱਚ ਨੰਦੀ ਦੇ ਵੈਣ ਤੇ ਠੋਲੇ ਨੂੰ ਨਹੋਰੇ ਤਾਨਨੇ ਤੇ ਵਿਅੰਗ ਸੁਣ ਕੇ ਜਗਸੀਰ ਦਾ ਮਨ ਇਨਾ ਭੜਾ ਪੈ ਗਿਆ ਸੀ ਚਿੱਤ ਇਨਾ ਭੜਾ ਹੋ ਗਿਆ ਸੀ ਕਿ ਉਹਦਾਂ ਰੋਟੀ ਖਾਣ ਨੂੰ ਦਿਲ ਹੀ ਨਹੀਂ ਕਰਦਾ ਸੀ ਨੰਦੀ ਦੇਆਂ ਵੈਣਾਂ ਦਾ ਅਸਰ ਉਹਦੇ ਉੱਤੇ ਪਹਿਲਾਂ ਇੰਨਾ ਕਦੇ ਨਹੀਂ ਸੀ ਹੋਇਆ ਅੱਗੇ ਜੇ ਕਿਤੇ ਉਹ ਇੰਜ ਰੂਣ ਲੱਗ ਵੀ ਪੈਂਦੀ ਤਾਂ ਉਹ ਹਮੇਸ਼ਾ ਗੱਲ ਨੂੰ ਹਾਸੇ ਪਾ ਕੇ ਤੇ ਉਹਨੂੰ ਮਖੌਲ ਕਰਕੇ ਟਾਲ ਦਿੰਦਾ ਪਰ ਅੱਜ ਉਸ ਤੋਂ ਆਪਣਾ ਆਪ ਕਾਬੂ ਨਹੀਂ ਸੀ ਆ ਰਿਹਾ ਸੋ so, ਇਹਨਾਂ 17 ਵਿੱਚ ਲੇਖਕ ਨੇ ਜਗਸੀਰ ਦੀ ਮਾਨਸਿਕ ਦਸ਼ਾ ਨੂੰ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਨੰਦੀ ਦੇ ਵੈਣ ਸੁਣ ਕੇ ਉਸ ਦਾ ਮਨ ਉਸ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ। ਬੇਸ਼ੱਕ ਪਹਿਲਾਂ ਉਹ ਨੰਦੀ ਦੇ ਇਹਨਾਂ ਵੈਣਾਂ ਨੂੰ ਜਾਂ ਤਾਨਿਆਂ ਨੂੰ ਇੰਨਾ ਗੰਭੀਰਤਾ ਨਾਲ ਨਹੀਂ ਲੈਂਦਾ ਸੀ ਪਰ ਅੱਜ ਉਸ ਤੇ ਬੜਾ ਡੂੰਗਾ ਅਸਰ ਹੁੰਦਾ ਹੈ। ਬੇਬੇ ਆ ਪੋਣੇ ਚ ਬੰਨ ਕੇ ਰੱਖ ਦੇ ਮੈਂ ਫੇਰ ਖਾऊं ਹੁਣ ਭੁੱਖ ਨਹੀਂ। ਉਹਨੇ ਬੱਚੀਆਂ ਢਾਈ ਰੋਟੀਆਂ ਚੌਲਾਂ ਵਾਲੇ ਛੰਨੇ ਵਿੱਚ ਰੱਖਦੀਆਂ ਆਕਿਆ ਤੇ ਨੰਦੀ ਦੀ ਕੋਈ ਗੱਲ ਸੁਣੇ ਬਿਨਾ ਉੱਠ ਕੇ ਹਲਮਗਰ ਜਾ ਲੱਗਿਆ ਸੋ ਇਸ ਤਰ੍ਹਾਂ ਜਕਸੀਰ ਇਹਨਾਂ ਦੁਖੀ ਹੋ ਜਾਂਦਾ ਹੈ ਕਿ ਕੇਵਲ ਅੱਧੀ ਰੋਟੀ ਖਾਂਦਾ ਹੈ ਤੇ ਬਾਕੀ ਢਾਈ ਰੋਟੀਆਂ ਰਹਿਣ ਦਿੰਦਾ ਹੈ ਤੇ ਹਲਮਗਰ ਜਾ ਲੱਗਦਾ ਹੈ ਨੰਦੀ ਮੋੜ ਫਿਸ ਪਈ ਤੇ ਛੰਨਾ ਪੂਣੇ ਵਿੱਚ ਬਨਦਿਆਂ ਫੇਰ ਦਬਵੀਂ ਆਵਾਜ਼ ਨਾਲ ਵਹਿਣ ਪਉਣ ਲੱਗ ਪਈ ਉਹ ਰੋਟੀਆਂ ਉਹਨੇ ਟਾਲੀ ਦੇ ਮੁੱਢ ਨਾਲ ਮੜੀ ਦੇ ਪਿਛਲੇ ਪਾਸੇ ਸਾਂਭ ਦਿੱਤੀਆਂ ਜਦੋਂ ਪਿੰਡ ਨੂੰ ਮਰਨ ਲੱਗੀ ਤਾਂ ਉਹਦਾ ਮਰਨਾਉ ਸਰੀਰ ਮਿੱਟੀ ਹੋ ਗਿਆ ਸੀ ਤੇ ਉਨਜੀ ਬੇਸੁੱਧ ਜਈ ਹੋਈ ਉਹ ਤੁਰੀ ਆਈ ਸੋ ਇਤਨਾ 17 ਤੋਂ ਸਪਸ਼ਟ ਹੁੰਦਾ ਹੈ ਕਿ ਜੋ ਨੰਦੀ ਹੈ ਉਹ ਇਨੀ ਭਾਵਕ ਹੁੰਦੀ ਹੈ ਕਿ ਜਦੋਂ ਪਿੰਡ ਨੂੰ ਵਾਪਸ ਜਾਣ ਲਈ ਉਹ ਛੰਨਾ ਪੋਣੇ ਵਿੱਚ ਬਨ ਰਹੀ ਹੁੰਦੀ ਹੈ ਤਾਂ ਫਿਰ ਵੀ ਉਹ ਰੋਣ ਚੁੱਪ ਨਹੀਂ ਕਰਦੀ ਤੇ ਮੱਦਮ ਜੀ ਆਵਾਜ਼ ਵਿੱਚ ਉਹ ਫਿਰ ਵਣੇ ਵਹਿਣ ਪੋਣੇ ਸ਼ੁਰੂ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਵਹਿਣ ਪੋਣ ਕਰਕੇ ਦੁੱਖ ਨਾਲ ਉਹਦਾ ਜੋ ਸਰੀਰ ਪਹਿਲਾਂ ਹੀ ਮਰਨਾਉ ਅਵਸਥਾ ਵਿੱਚ ਸੀ ਉਹ ਹੋਰ ਵੀ ਜ਼ਿਆਦਾ ਬੇਜਾਨ ਬੇਸੋਤੇ ਮਿੱਟੀ ਹੋ ਜਾਂਦਾ ਹੈ ਤੇ ਇਸੇ ਹਾਲਤ ਵਿੱਚ ਹੀ ਉਹ ਪਿੰਡ ਵੱਲ ਤੁਰ ਪੈਂਦੀ ਹੈ। ਨੈਕਸਟ ਪੈਰਾ ਸੂਰਜ ਤਕੜਾ ਚੜ ਆਇਆ ਸੀ। ਜਗਸੀਰ ਨੇ ਬਲਦਾਂ ਨੂੰ ਲਲਕਾਰਾ ਮਾਰਿਆ। ਉਹ ਤਿੱਖੇ ਹੋ ਗਏ ਪਰ ਆਪ ਉਹਦੀਆਂ ਲੱਤਾਂ ਹੁਣ ਤੁਰਦੀਆਂ ਨਹੀਂ ਸਨ। ਇਹਨਾਂ ਸਤਰਾਂ ਦਾ ਅਰਥ ਇਹ ਹੈ ਕਿ ਜਦੋਂ ਸੂਰਜ ਤਕੜਾ ਚੜ ਹੁੰਦਾ ਹੈ ਤਾਂ ਇਹ ਵੇਖ ਕੇ ਜਗਸੀਰ ਬਲਦਾਂ ਨੂੰ ਲਲਕਾਰਾ ਮਾਰਦਾ ਹੈ। ਇਹ ਲਲਕਾਰਾ ਸੁਣ ਕੇ ਬਲਦ ਤਾਂ ਤੇਜ਼ੀ ਨਾਲ ਤੁਰਨਾ ਸ਼ੁਰੂ ਹੋ ਜਾਂਦੇ ਹਨ। ਪਰ ਜਕਸੀਰ ਦਾ ਆਪਣਾ ਸਰੀਰ ਸੱਤਿਆਹੀਣ ਕਰਕੇ ਹੁਣ ਉਹਦੀਆਂ ਲੱਤਾਂ ਉਹਦਾ ਸਾਥ ਨਹੀਂ ਦੇ ਰਹੀਆਂ ਸਨ। ਨਾ ਮੁੰਨੇ ਉੱਤੇ ਦਬਾ ਪੈਂਦਾ ਸੀ, ਨਾ ਹੀ ਉਹਦੇ ਹੱਥਾਂ ਨਾਲ ਜੋ ਹੱਥੀ ਹੁੰਦੀ ਹੈ ਜਿਸ ਦੇ ਨਾਲ ਹਲਵਾਨ ਵਾਲਾ ਹਾਲੀ, ਹੱਥੀ ਉੱਤੇ ਦਬਾਅ ਪਉਂਦਾ ਹੈ ਉਸਨੂੰ ਮੁੰਨਾ ਕਿਹਾ ਜਾਂਦਾ ਹੈ ਤੇ ਉਹਦੇ ਉੱਪਰ ਵੀ ਉਹਦੇ ਹੱਥਾਂ ਨਾਲ ਦਬਾਅ ਨਹੀਂ ਪੈ ਰਿਹਾ ਸੀ। ਨਾ ਕਾਹਲ ਨਾਲ ਪੈਰ ਪੁੱਟਿਆ ਜਾਂਦਾ ਸੀ। ਉਹ ਹਾਲ ਦੇ ਮਗਰ ਇੰਜ ਤੁਰ ਰਿਹਾ ਸੀ ਜਿਵੇਂ ਬਲਦਾਂ ਦੇ ਪਿੱਛੇ ਪਾਇਆ ਤ੍ਰਿਕੀ ਦਾ ਜਾ ਰਿਹਾ ਹੋਵੇ ਪਾਵੋ ਦਾ ਸਰੀਰ ਇਹਨਾਂ ਬੇਸੁੱਧ ਨਢਾਲ ਹੋ ਚੁੱਕਾ ਸੀ ਕਿ ਉਹ ਬਲਦਾਂ ਦੇ ਪਿੱਛੇ ਤੇਜ਼ੀ ਨਾਲ ਤੁਰ ਨਹੀਂ ਪਾਰ ਰਿਹਾ ਸੀ ਤੇ ਆਪਣੇ ਆਪ ਨੂੰ ਕਸੀਟਦਾ ਜਾਂਦਾ ਹੋਇਆ ਮਹਿਸੂਸ ਕਰ ਰਿਹਾ ਸੀ ਉਵੇਂ ਤੁਰਦਿਆਂ ਜਦੋਂ ਉਸ ਉਸ ਉਤਾਂ ਨਿਗਾਹ ਕੀਤੀ ਤਾਂ ਨੰਦੀ ਕੁੱਬੀ-ਕੁੱਬੀ ਪਹੇ ਦੀਆਂ ਭੜੀਆਂ ਓਲੇ ਤੁਰ ਹੀ ਜਾਂਦੀ ਉਹਨੂੰ ਦਿਸੀ ਤੇ ਫੇਰ ਅਲੋਪ ਹੋ ਗਈ ਪਾਵੋ ਹਲਵੋਂ ਦਾ ਵੋਂਦਾ ਜਦੋਂ ਉਤਾਂ ਚੁੱਕ ਕੇ ਨੰਦੀ ਵੱਲ ਵੇਖਦਾ ਹੈ ਤਾਂ ਨੰਦੀ ਪਹੇ ਤੇ ਤੁਰ ਹੀ ਜਾਂਦੀ ਹੋਈ ਕੁਝ ਦੇਰ ਲਈ ਤਾਂ ਉਸ ਨੂੰ ਪਹਿਲਾਂ ਤੁੰਦਲੀ ਤੁੰਦਲੀ ਨਜ਼ਰ ਆਉਂਦੀ ਹੈ ਤੇ ਫਿਰ ਹੌਲੀ ਹੌਲੀ ਉਸ ਨੂੰ ਦਿਸਣੋਂ ਬੰਦ ਹੋ ਜਾਂਦੀ ਹੈ ਸੋ ਡੀਅਰ ਸਟੂਡੈਂਟਸ ਇਸ ਤਰ੍ਹਾਂ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਪੇਜ ਨੰਬਰ 16 17 ਤੇ 18 ਦੀ ਰੀਡਿੰਗ ਕੀਤੀ ਹੈ ਤੇ ਇਸ ਰੀਡਿੰਗ ਦੇ ਨਾਲ ਕਾਂਡ ਨੰਬਰ 2 ਦੀ ਰੀਡਿੰਗ ਸਮਾਪਤ ਹੋ ਗਈ ਹੈ ਹੁਣ ਅਗਲੀਆਂ ਵੀਡੀਓਜ਼ ਦੇ ਵਿੱਚ ਅਸੀਂ ਕਾਂਡ ਨੰਬਰ 2 ਦੇ ਸਾਰ ਨੂੰ ਵਿਸਥਾਰ ਦੇ ਨਾਲ ਆਪਣੀਆਂ ਕਾਪੀਆਂ ਦੇ ਉੱਪਰ ਲਿਖਣਾ ਹੈ ਤੇ ਨਾਲੇ ਰਿਵਾਈਜ਼ ਕਰਨਾ ਹੈ ਟਿਲ ਥੈਂਕ ਯੂਡ ਬਾਈ